ये 12-13 की दरम्यानी रात को पुलिस लाइन के अपोजिट जिहड़ा एक हैगा दविंदर कुमार डोगरा जी हैगे ने, इन्हां दे रेजिडेंस अपने घरों फतेहगढ़ चूड़ियां नूं गए हुए सी किसी फंक्शन ते। इन्हां दे घर जिहड़ी है चोरी हुई सी तकरीबन 8:30 दे दौरान। उस विच काफ़ी इन्हां दा हैवी अमाउंट जिहड़ा सीगा उस चीज़ दे, जिहड़े गोल्डन जिहड़े सीगे रिंग सीगे, गोल्डन दा समान सीगा, नाल उहदा डायमंड दा जिहड़ा सीगा समान उह गया सीगा। ਅਤੇ ਇਹਦੇ ਵਿੱਚ ਜਿਹੜਾ ਇਹ ਕੇਸ ਨੂੰ ਅਸੀਂ FIR ਦਰਜ ਕਰਕੇ ਇਹਦੇ ਵਿੱਚ ਸਾਡੀ ਜਿਹੜੇ ਆ SHO ਸਿਵਲ ਲਾਈਨ ਹੈਗੇ ਆ ਮੁਲਕ ਦੀ, ਰਾਜ ਕੁਮਾਰ ਚੌਂਕੀ ਇੰਚਾਰਜ, ਸਰਕਟ ਹਾਊਸ ਅਤੇ ਬਾਕੀ ਸਾਰੀ ਪੁਲਿਸ ਦੀ ਟੀਮ ਨੇ ਬਹੁਤ ਮਿਹਨਤ ਕਰਕੇ ਦੋਵਾਂ ਦਿਨਾਂ ਦੇ ਵਿੱਚ ਚੋਰ ਨੂੰ ਵੀ ਫੜਿਆ, ਔਰ ਜਿਹੜਾ ਇਹਦੇ ਵਿੱਚ ਜਿਹੜੀ ਹੈਗੀ ਹੈ 100% ਰਿਕਵਰੀ ਕੀਤੀ ਗਈ ਹੈ। ਇਹ ਅਪਰੋਕਸੀਮੇਟਲੀ ਜਿਹੜਾ ਗੋਲਡ ਔਰ ਜਿਹੜਾ ਸਿਰ ਇਹ ਜਿਹੜੇ ਡਾਇਮੰਡ ਦਾ ਸਮਾਨ ਸੀਗਾ ਇਹ 25 ਲੱਖ ਦਾ ਸੀਗਾ ਇਹਨਾਂ ਦਾ, ਔਰ ਇਹਦੇ ਨਾਲ ਜਿਹੜਾ ਕੈਸ਼ ਸੀਗਾ ਉਹ ਵੀ ਅਸੀਂ 25 ਲੱਖ ਦਾ ਜਿਹੜਾ ਰਿਕਵਰ ਕਰ ਲਿਆ। ਟੋਟਲ ਕਿੰਨਾ अपील करना चाहते हैं कि जो अपने गारबेज चुकने वाले होंगे मन के आया, और इन्हें जो देखा कि गेट के बाहर लॉक लगा हुआ, इन्हें इस चीज को अपना टारगेट करके घर एंटर करके जरा साढ़े को पेचकश पे आए नाल इन्हें दरवाजा तोड़ के ते अंदर जाके सारी वारदात को अंजाम दिता। असीं लोगों को तुहाडे माध्यम राही अपील करते हैं भी जदों भी घर के विच जांदे हो कोई ना कोई CCTV कैमरा जां कोई ना कोई इंस्टॉलेशन जिहड़ी इस तरह की जरूर लवाओ, जिथों एंट्री बंदे की जिहड़ी हैगी है तुहानू पता लगती रहे, और कोशिश करो कि जिहड़े लॉक्स हैगे ने उह बाहर ना ला के जाओ, तां जो जिहड़ा कि अन ਮਤਲਬ ਕਿ ਚੋਰਾਂ ਨੂੰ ਹੀ ਇੱਕ ਸੱਦਾ ਹੋ ਜਾਏ ਕਿ ਬਾਹਰ ਲੋਕ ਲੱਗੇ ਹੋਏ ਨੇ, ਇਸ ਤਰੀਕੇ ਦੀ ਜਿਹੜੀ ਹੈ ਪ੍ਰੀਕਾਸ਼ਨਸ ਜਿਹੜੀਆਂ ਹੈਗੀਆਂ ਨੇ ਉਹ ਸਾਡੇ ਵੱਲੋਂ ਤੁਹਾਨੂੰ ਐਡਵਾਈਜ਼ਰੀ ਹੈਗੀ। ਸਰ ਕੀ ਨਾਮ ਇਹਦਾ ਤੇ ਕੀ ਕਰੀਏ? ਇਹਦਾ ਸੰਜੂ ਸੀਗਾ, ਸੰਜੂ ਕੁਮਾਰ, ਔਰ ਇਹ ਫਤਿਹਗੜ੍ਹ ਚੂੜੀਆਂ ਦਾ ਰਹਿਣ। ਕਿੰਨੇ ਪਰਚੇ ਆ ਸਰ ਇਹਨਾਂ ਦੇ? ਪਰਚੇ ਪਹਿਲਾਂ ਕਿੰਨੇ? ਇਹਦੇ ਆਲਰੇਡੀ ਇਹਦੇ ਉੱਤੇ ਜਿਹੜੇ ਹੈਗੇ NDPC ਐਕਟ ਤੇ ਔਰ ਚੋਰੀ ਦੇ 5 ਮੁਕੱਦਮੇ ਦਰਜ। ਸਰ ਆਲਰੇਡੀ ਜਰਾਇਮ ਪੇਸ਼ਾ ਵਿਅਕਤੀ ਹੈ? ਬਿਲਕੁਲ। ਸਰ ਕੋਈ ਨਸ਼ਾ ਨੁਸ਼ਾ ਵੀ ਕਰਦੇ ਸਾਹਮਣੇ ਦੇਖੋ? ਉਹ ਹੁਣ ਇਨਵੈਸਟੀਗੇਸ਼ਨ ਦੇ ਵਿੱਚ ਪਤਾ ਲੱਗੇਗਾ ਜੀ। ਸਰ ਇਹਦੇ ਨਾਲ ਕੋਈ ਹੋਰ ਵੀ ਇਹਦਾ ਸਾਥੀ ਹੈ ਕਿ ਇਕੱਲਾ ਹੀ ਕਰਦਾ ਹੈ ਜੀ ਚੋਰੀਆਂ? ਇਹ ਦੇਖੋ ਇਹ ਇੰਟਰ ਗੈਂਗ ਹੁੰਦੇ ਨੇ, ਬਟ ਇਹ ਜਿਹੜੀ ਚੋਰੀ ਜਿਹੜੀ ਹੁਣ ਪ੍ਰੈਜ਼ੈਂਟਲੀ ਅਸੀਂ ਕੀਤੀ ਹੈ ਇਹਦੇ ਵਿੱਚ ਇਕੱਲਾ ਹੀ ਸੀਗਾ, ਬਟ ਇਹਦੇ ਗੈਂਗ ਮੈਂਗ ਬਾਕੀ ਵੀ ਹੈਗੇ, ਉਹਨਾਂ ਤੇ ਵੀ ਅਸੀਂ ਜਿਹੜੀ ਹੈਗੇ ਡਿਊਰਿੰਗ ਇਨਵੈਸਟੀਗੇਸ਼ਨ। ਤੇ ਹੋਰ ਕਿਹੜਾ ਮੁਕੱਦਮਾ ਦਰਜ ਹੈ? ਆਲਮੋਸਟ ਕੇਸ ਜਿਹੜਾ ਹੈਗਾ ਇਹ ਕ੍ਰਿਸਟਲ ਕਲੀਅਰ ਹੈ, 100% ਰਿਕਵਰੀ ਹੋ ਗਈ ਹੈ। ਇਹ ਕੇਸ ਤਾਂ ਜਿਹੜਾ ਹੈਗਾ ਆਲਮੋਸਟ ਸਾਡਾ ਟ੍ਰੇਸ ਹੋ ਗਿਆ ਹੈ, ਬਾਕੀ ਇਹਦੇ ਨਾਲ ਅਗਲੇ ਜਿਹੜੇ ਕੇਸਿਸ ਹੈਗੇ ਤੇ ਜਿਹੜੀਆਂ ਅੱਗੇ ਆਰੀਆਂ ਨੇ ਉਹ ਤਾਂ ਆਪਸ਼ਨ ਆਲਵੇਜ਼ ਓਪਨ ਹੈਗੀ। ਸਰ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਕੋਈ ਨਹੀਂ? ਇਹ ਕੇਸ ਤਾਂ ਆਲਮੋਸਟ 100% ਰਿਕਵਰ ਹੋ ਗਿਆ ਇਹ ਕਿ ਬਾਕੀ, ਹਾਂ ਬਾਕੀ ਕੇਸ ਜਿਹੜੇ ਹੈਗੇ ਡਿਊਰਿੰਗ ਇਨਵੈਸਟੀਗੇਸ਼ਨ ਜੇ ਕੋਈ ਹੋਰ ਕੋਈ ਚੀਜ਼ ਸਾਹਮਣੇ ਆਉਂਦੀ ਹੈ ਉਸ ਮੁਤਾਬਕ ਜ਼ਰੂਰ ਕੋਈ ਨਾ ਕੋਈ। ਸਰ ਇਹ ਜਿਹੜਾ ਸਮਾਨ ਬਰਾਮਦ ਹੈ ਇਹਦੇ ਘਰੋਂ ਹੀ ਹੈ ਕਿ ਕਿਤੇ ਇਹਨੇ ਰੱਖਿਆ ਸੀ ਹੋਰ ਕੋਈ ਉਪਰੀ ਜਗ੍ਹਾ? ਕੋਈ ਇਨਵੈਸਟੀਗੇਸ਼ਨਸ ਦੀਆਂ ਚੀਜ਼ਾਂ ਹੁੰਦੀਆਂ, ਇਹਦੇ ਨਾਲ ਇਨਵੈਸਟੀਗੇਸ਼ਨ ਹੈਂਪਰ ਹੁੰਦੀ ਹੈ, ਇਹ ਚੀਜ਼ਾਂ ਨਹੀਂ ਅਸੀਂ ਦੱਸ। ਧੰਨਵਾਦ।